are watching Channel Y. Channel Y, a South Asian Canadian channel. ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਤੋਂ ਨਿਕੰਮਾ ਮੁੱਖ ਮੰਤਰੀ ਦੇਸ਼ ਵਿੱਚ ਨਹੀਂ ਹੋਣਾ ਤੇ ਬਾਈਬਲ ਗਲਾਕੋਲੀ ਕਾਂਡ ਵਿੱਚ ਕਾਂਗਰਸ ਸਿਰਫ ਰਾਜਨੀਤੀ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਕਿਸਾਨਾਂ ਦੀ ਕੋਈ ਪਰਵਾਹ ਹੀ ਨਹੀਂ, ਸਾਰੇ ਵਿਕਾਸ ਕਾਰਜਾਂ ਨੂੰ ਵੀ ਠੱਪ ਕਰ ਦਿੰਦੇ ਨੇ। ਨਾਲ ਹੀ SGPC ਇਸ ਬਾਰੇ ਸਪਸ਼ਟੀਕਰਨ ਦਿੰਦੇ ਹੋਏ ਬਾਦਲ ਨੇ ਕਿਹਾ ਕਿ SGPC ਸਿੱਖਾਂ ਦੀ ਨਿਰਪੱਖ ਧਾਰਮਿਕ ਸੰਸਥਾ ਹੈ ਜਿਸ ਦੇ ਨੁਮਾਇੰਦੇ ਲੋਕ ਚੁਣਦੇ ਨੇ। ਮੈਨੂੰ ਲੱਗਦਾ ਕੋਈ ਮੁਸ਼ਕਿਲ ਨਹੀਂ, ਇਸ ਦੇ ਦੋਨੋਂ ਕੰਟਰੀ ਐਗਰੀ ਕਰਦੇ ਆ ਟੈਕਨੀਕਲੀ ਦੇਖ ਕੇ। ਉਹ ਤਾਂ ਜ਼ਰੂਰ ਕਰਾਂਗੇ, ਆਪਾਂ ਤਾਂ ਜਲਦੀ ਤੋਂ ਜਲਦੀ ਕੋਰੀਡੋਰ ਖੁੱਲ੍ਹਣਾ ਚਾਹੀਦਾ। ਮੈਂ ਉਹੀ ਕਹਿਣਾ ਚਾਹੁੰਦਾ ਕਿ ਪੁਲਿਸ ਨੂੰ ਪ੍ਰੋਪਰ ਇਨਵੈਸਟੀਗੇਸ਼ਨ ਕਰਨੀ ਚਾਹੀਦੀ, SIT ਨੂੰ ਪੋਲੀਟੀਕਲ ਇਨਫਲੂਐਂਸ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਤਾਂ ਹਲੇ ਤੱਕ ਜਿਹੜੀ ਉਹਨਾਂ ਦੀ ਰੈਪੂਟੇਸ਼ਨ ਹੈ ਭਾਵੇਂ ਇਸ ਸਰਕਾਰ ਦੀ, ਉਹ ਇੰਟਰਸਟਿਡ ਦੋਸ਼ੀਆਂ ਨੂੰ ਨਹੀਂ, ਉਹ ਇੰਟਰਸਟਿਡ ਪੋਲੀਟਿਕਸ ਕਰ ਰਹੇ। ਰਣਜੀਤ ਸਿੰਘ ਕਮਿਸ਼ਨ ਜਿਹੜੀ ਰਿਪੋਰਟ ਬਣਾਈ ਸੀ ਉਹ ਵੀ ਪੋਲੀਟੀਕਲ ਸੀ, ਅਤੇ ਮੈਂ ਬੇਨਤੀ ਕਰਦਾ SIT ਨੂੰ ਕਿ ਪੋਲੀਟੀਕਲ ਇਨਫਲੂਐਂਸ ਨਹੀਂ ਹੋਣਾ ਚਾਹੀਦਾ, ਪੋਲੀਟਿਕਸ ਨਹੀਂ ਖੇਡਣੀ ਚਾਹੀਦੀ। ਜਿਹੜੀ ਪ੍ਰੈਸ਼ਰ ਜਿਹੜਾ ਬਿਕੋਜ਼ ਮੇਨ ਇੰਟਰਸਟ ਕਾਂਗਰਸ ਗਵਰਨਮੈਂਟ ਦਾ ਪੋਲੀਟਿਕਸ ਕਰਨਾ, ਸੋ ਪੋਲੀਟਿਕਸ ਕਰ ਰਹੇ ਆ। ਜਿਹੜੀ ਐਡੀ ਐਡੀ ਜਿਹੜੀ ਦੁਖਦਾਈ ਘਟਨਾ ਨੂੰ ਪੋਲੀਟਿਸਾਈਜ਼ ਨਹੀਂ ਕਰਨਾ ਚਾਹੀਦਾ। ਪਹਿਲੀ ਗੱਲ ਹੈ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, SGPC ਇਲੈਕਟਿਡ ਬੋਡੀ ਹੈ, ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੇ ਆ। ਆ ਜਿਹੜੇ ਬੋਲਦੇ ਆ ਉਹ ਹਰ 5 ਸਾਲ ਆਪਣੀ ਵੋਟਾਂ ਆਪਣੇ ਕੈਂਡੀਡੇਟ ਬਣਦੇ ਆ। ਜਦੋਂ ਕੈਂਡੀਡੇਟ ਬਣਦੇ ਆ ਸਿੱਖ ਕੌਮ ਉਹਨਾਂ ਨੂੰ ਉਹਦੀਆਂ ਜ਼ਮਾਨਤਾਂ ਜ਼ਬਤ ਕਰਦੀ ਹੈ, ਸੋ ਫਰਸਟ੍ਰੇਟਿਡ ਲੋਕ ਹੈ। ਜਿੰਨੀ ਵਧੀਆ ਮੈਨੇਜਮੈਂਟ ਚੱਲ ਰਹੀ ਹੈ, SGPC ਮੈਂਬਰ ਚਲਾਉਂਦੇ ਆ ਅਤੇ ਉਹਦੀ ਉਹ ਜਿਹੜਾ ਉਹਨਾਂ ਦਾ ਹਾਊਸ ਹੈ। ਆ ਬੜੀ ਦੁਖਦਾਈ ਕਹਿਣਾ, ਪਿਛਲੀ ਵਾਰ ਜਿਹੜੀ ਲੱਗੀ ਸੀ ਵੀ ਸਟਰੋਂਗਲੀ ਕੰਡੈਮਡ, ਐਂਡ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਰਿਕੁਐਸਟ ਕਰੂੰਗਾ ਕਿ ਦੇ ਸ਼ੁਡ ਟੇਕ ਇਟ ਅਪ ਐਂਡ ਸਪੈਸ਼ਲ ਮੇ ਬੀ ਅ ਕੇਸ ਸ਼ੁਡ ਬੀ ਰਜਿਸਟਰਡ ਅਗੇਂਸਟ ਦੈਮ ਫੋਰ ਜਿਹੜਾ ਮਿਸਯੂਜ਼ ਆਫ ਦਾ ਜਿਹੜੇ ਕਰ ਰਹੇ ਆ, ਪਲੱਸ ਸੈਂਟੀਮੈਂਟਸ ਰਿਲੀਜੀਅਸ ਸੈਂਟੀਮੈਂਟ ਨੂੰ ਹਰਟ ਕਰ ਰਹੇ। ਉਹ ਤਾਂ ਹੁਣ ਉਸ ਲੈਵਲ ਦੀ ਗੱਲ ਹੈ। ਦੂਜੀ ਗੱਲ ਮੈਂ ਕਹਿਣਾ ਚਾਹੁੰਦਾ, ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਜਿਹੜੇ MSP ਡਿਕਲੇਅਰ ਕੀਤੀ ਸੀ, ਜਿਹੜੀ MSP ਡਿਕਲੇਅਰ ਕੀਤੀ ਸੀ ਉਸ MSP ਵਿੱਚ ਉਹਨਾਂ ਨੇ ਆਪਣਾ ਇੱਕ ਫੰਡ ਕ੍ਰੀਏਟ ਕੀਤਾ ਸੀ 15-20 ਹਜ਼ਾਰ ਕਰੋੜ ਦਾ, ਕਿ ਸਟੇਟ ਗਵਰਨਮੈਂਟਸ ਉਸ MSP 'ਤੇ ਖਰੀਦਣ, ਜਾਂ ਜਿੱਥੇ ਜੇ ਫੋਰ ਐਗਜ਼ਾਮਪਲ ਮਾਰਕੀਟ ਰੇਟ ਨਾਲ ਜੋ ਘੱਟ ਹੈ, ਜਿਵੇਂ ਮੱਕੀ ਹੈ, ਜੇ MSP ਉਹ 1600 ਰੁਪਈਏ ਜੇ 1200 ਦੀ ਖਰੀਦ ਲੈਂਦੇ ਹੈ, ਬਾਕੀ ਜਿਹੜਾ ਗੈਪ ਹੈ ਉਹ ਗਵਰਨਮੈਂਟ ਆਫ ਇੰਡੀਆ ਦਊਗੀ। ਤੁਸੀਂ ਦੇਖ ਲਓ, ਮੱਧਿਆ ਪ੍ਰਦੇਸ਼, ਮਹਾਰਾਸ਼ਟਰਾ, ਸਾਰੀ ਸਰਕਾਰਾਂ ਨੇ ਸਾਰੀ ਪਰਚੇਜ਼ MSP 'ਤੇ ਉਹ ਦੇ ਰਹੀ ਹੈ ਕਿਸਾਨਾਂ ਨੂੰ। ਜਿਹੜਾ ਗੈਪ ਹੈ ਉਹ ਗਵਰਨਮੈਂਟ ਆਫ ਇੰਡੀਆ ਦੇ ਰਹੀ ਹੈ। ਪੰਜਾਬ ਸਰਕਾਰ, ਕੈਪਟਨ ਅਮਰਿੰਦਰ ਸਿੰਘ ਇੰਨਾ ਸੁੱਤਾ ਪਿਆ ਕਿ ਉਹਨੇ ਆਪਣੇ ਕਿਸਾਨਾਂ ਦੀ ਪਰਵਾਹ ਹੀ ਨਹੀਂ, ਜਿਹੜੀ ਪਰਚੇਜ਼ ਉਹਨੇ ਕੀਤੀ ਨਹੀਂ, ਇਸ ਕਰਕੇ ਉਹ ਲੋਕਾਂ ਤੋਂ ਗਵਰਨਮੈਂਟ ਆਫ ਇੰਡੀਆ ਤੋਂ ਲੈ ਨਹੀਂ ਸਕਦਾ ਪੈਸਾ, ਅਤੇ ਪੰਜਾਬ ਦਾ ਕਿਸਾਨ ਦਾ ਨੁਕਸਾਨ ਹੋ ਗਿਆ। ਤੁਸੀਂ ਦੇਖ ਲਓ, ਅੰਮ੍ਰਿਤਸਰ ਰੇਲ ਹਾਦਸਾ ਇੰਨਾ ਭਿਆਨਕ ਹਾਦਸਾ ਹੋਇਆ, ਇੰਨੇ ਲੋਕ ਮਾਰੇ ਗਏ ਆ, ਇੱਕ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ। ਉਦੋਂ ਕਹਿੰਦੇ ਸੀ ਸਾਡੇ ਪਰਿਵਾਰ ਹੈ, ਸਾਡੇ ਪਰਿਵਾਰ ਬਣਾਵਾਂਗੇ, ਮੌਕਾ ਅਡੋਪਟ ਕੀਤੇ ਹੈ, ਅਤੇ ਹੁਣ ਜਦੋਂ ਟਾਈਮ ਟੱਪ ਗਿਆ ਉਹ ਵਿਚਾਰਿਆਂ ਦੀ ਮੈਡੀਕਲ ਵੀ ਨਹੀਂ, ਨੌਕਰੀ ਵੀ ਨਹੀਂ, ਕੁਛ ਵੀ ਜੋ ਪ੍ਰੋਮਿਸ ਕੀਤਾ ਸੀ ਕੁਛ ਨਹੀਂ। ਆਹ ਜਿਹੜੀ ਸਰਕਾਰ ਹੈ, ਇਹ ਤੋਂ ਮਾੜੀ ਸਰਕਾਰ ਪੰਜਾਬ ਦੀ ਕੋਈ ਹੋ ਨਹੀਂ ਸਕਦੀ। ਕੈਪਟਨ ਅਮਰਿੰਦਰ ਸਿੰਘ ਵਰਗਾ ਨਿਕੰਮਾ ਮੁੱਖ ਮੰਤਰੀ ਪੰਜਾਬ ਦਾ ਹੋ ਨਹੀਂ ਸਕਦਾ। ਇਹੋ ਜਿਹਾ ਮੁੱਖ ਮੰਤਰੀ ਹੈ ਜਿਹਨੂੰ ਕੋਈ ਪਰਵਾਹ ਨਹੀਂ, ਕੋਈ ਦੁੱਖ ਦਰਦ ਪੰਜਾਬ ਦੀ ਜਨਤਾ ਦਾ ਨਹੀਂ। ਇਹ ਸਰਕਾਰ ਨੇ ਤਾਂ ਸਾਰਾ ਕੁਛ ਹੀ ਬੰਦ ਕਰਤਾ। ਤੁਸੀਂ ਆਪ ਜਾਣਦੇ ਹੋ, ਨਾ ਕੋਈ ਗਰੀਬ ਨੂੰ ਸਹੂਲਤ ਮਿਲ ਰਹੀ ਹੈ, ਨਾ ਕਿਸਾਨ ਨੂੰ ਮਿਲ ਰਹੀ ਹੈ, ਨਾ ਜੋ ਡਿਵੈਲਪਮੈਂਟ ਦੇ ਕੰਮ ਅਸੀਂ ਕੀਤੇ ਸੀ ਉਹ ਸਾਰੇ ਬੰਦ ਕਰ ਦਿੱਤੇ। ਯੂ ਆਰ ਵਾਚਿੰਗ ਚੈਨਲ Y, ਚੈਨਲ Y, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।